ਇਸ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਉਡਾਨ ਨਾਲ ਸੰਬੰਧਿਤ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਸ਼ੀਟਾਂ ਤੇ ਆਧਾਰਿਤ ਮੌਕ ਟੈਸਟ ਪਹਿਲਾ। ਇਹ ਟੈਸਟ ਐਨਟੀਐਸਸੀ ਅਤੇ ਪੀਐਸਟੀਐਸਸੀ ਦੀ ਤਿਆਰੀ ਲਈ ਬਣਾਇਆ ਗਿਆ ਹੈ। ਇਸ ਵਿੱਚ 40 ਪ੍ਰਸ਼ਨ ਹੋਣਗੇ। ਸੋ ਪਹਿਲਾਂ 40 ਪ੍ਰਸ਼ਨਾਂ ਦੇ ਤੁਸੀਂ ਉੱਤਰ ਲਿਖਣ ਲਈ ਆਪਣੀਆਂ ਕਾਪੀਆਂ ਤੇ ਨੋਟ ਕਰਨੇ ਨੇ ਅਤੇ ਫਿਰ ਇਹ ਉੱਤਰ ਵੀਡੀਓ ਦੇ ਅੰਤਲੇ ਭਾਗ ਵਿੱਚ ਦਿੱਤੇ ਉੱਤਰਾਂ ਨਾਲ ਮਿਲਾਉਣੇ ਨੇ। ਅਤੇ ਇਸ ਤੋਂ ਬਾਅਦ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜਾ ਕੇ ਦੱਸ ਸਕਦੇ ਹੋ ਕਿ ਤੁਸੀਂ 40 ਵਿੱਚੋਂ ਕਿੰਨੇ ਅੰਕ ਪ੍ਰਾਪਤ ਕੀਤੇ ਨੇ ਸੋ ਆਓ ਸ਼ੁਰੂ ਕਰਦੇ ਹਾਂ ਉਡਾਨ ਨਾਲ ਸੰਬੰਧਿਤ 9ਵੀਂ 10ਵੀਂ ਦੀਆਂ ਸ਼ੀਟਾਂ ਤੇ ਆਧਾਰਿਤ ਮੌਕ ਟੈਸਟ ਪਹਿਲਾ ਪ੍ਰਸ਼ਨ ਪਹਿਲਾ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਵਾਲਾ ਪਹਿਲਾ ਦੇਸ਼ ਕਿਹੜਾ ਸੀ ਚੀਨ ਜਾਪਾਨ ਭਾਰਤ ਜਾਂ ਕੋਰੀਆ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਵਾਲਾ ਪਹਿਲਾ ਦੇਸ਼ ਕਿਹੜਾ ਸੀ ਚੀਨ ਜਾਪਾਨ ਭਾਰਤ ਜਾਂ ਕੋਰੀਆ ਅਗਲਾ ਪ੍ਰਸ਼ਨ ਸਿੱਖ ਕੌਮ ਦੇ ਕਿਸ ਮਹਾਨ ਜਰਨੈਲ ਦੇ ਨਾਮ ਨਾਲ ਆਲੂ ਵਾਲਿਆ ਸ਼ਬਦ ਲੱਗਦਾ ਹੈ ਸ਼ਾਮ ਸਿੰਘ ਬਗੇਲ ਸਿੰਘ ਜੱੱਸਾ ਸਿੰਘ ਜਾਂ ਕਪੂਰ ਸਿੰਘ ਸਿੱਖ ਕੌਮ ਦੇ ਕਿਸ ਮਹਾਨ ਜਰਨੈਲ ਦੇ ਨਾਮ ਨਾਲ ਆਲੂ ਵਾਲਿਆ ਸ਼ਬਦ ਲੱਗਦਾ ਹੈ ਤੀਸਰਾ ਪ੍ਰਸ਼ਨ ਮਨੁੱਖੀ ਸਰੀਰ ਦਾ ਸਭ ਤੋਂ ਸਖਤ ਭਾਗ ਕਿਹੜਾ ਹੈ ਹੱਡੀ ਚਮੜੀ ਦੰਤ ਦੀ ਪਰਤ ਜਾਂ ਖੋਪੜੀ ਮਨੁੱਖੀ ਸਰੀਰ ਦਾ ਸਭ ਤੋਂ ਸਖਤ ਭਾਗ ਕਿਹੜਾ ਹੈ ਹੱਡੀ ਚਮੜੀ ਦੰਤ ਦੀ ਪਰਤ ਜਾਂ ਖੋਪੜੀ ਅਗਲਾ ਪ੍ਰਸ਼ਨ ਕੀੜੀ ਦੇ ਡੰਗ ਵਿੱਚ ਕਿਹੜਾ ਤੇਜਾਬ ਹੁੰਦਾ ਹੈ ਐਸਟਿਕ ਐਸਿਡ ਫਾਰਮਿਕ ਐਸਿਡ ਲੈਕਟਿਕ ਐਸਿਡ ਜਾਂ ਸਿਟ੍ਰਿਕ ਐਸਿਡ ਕੀੜੀ ਦੇ ਡੰਗ ਵਿੱਚ ਕਿਹੜਾ ਤੇਜਾਬ ਹੁੰਦਾ ਹੈ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਐਂਟੀਵਾਇਰਸ ਦੀ ਉਦਾਹਰਣ ਨਹੀਂ ਹੈ ਨੌਰਟਨ ਅਵਾਸਟ ਅਵੀਰਾ ਜਾਂ ਮੋਜ਼ੀਲਾ ਹੇਠ ਲਿਖਿਆਂ ਵਿੱਚੋਂ ਕਿਹੜਾ ਐਂਟੀਵਾਇਰਸ ਦੀ ਉਦਾਹਰਣ ਨਹੀਂ ਹੈ ਪ੍ਰਸ਼ਨ 6ਵਾਂ ਕਿੰਨੇ ਸਾਲ ਦੀ ਉਮਰ ਤੋਂ ਬਾਅਦ ਭਾਰਤੀ ਨਾਗਰਿਕ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ 25 ਸਾਲ 18 ਸਾਲ 30 ਸਾਲ ਜਾਂ 22 ਸਾਲ ਅਗਲਾ ਪ੍ਰਸ਼ਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣ ਵਾਲਾ ਪਹਿਲਾ ਖਿਡਾਰੀ ਕੌਣ ਹੈ ਲੈਂਡਰ ਪੀਸ ਵਿਜੇ ਅਮ੍ਰਿਤ ਰਾਜ ਧਿਆਨ ਚੰਦ ਜਾਂ ਸਚਿੰਤ ਤੰਦੂਲਕਰ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਕਲਾਸ A ਦੇ ਵਿਦਿਆਰਥੀਆਂ ਦੀ ਗਿਣਤੀ ਕਲਾਸ B ਨਾਲੋਂ ਦੁੱਗਣੀ ਹੈ 20 ਵਿਦਿਆਰਥੀ ਕਲਾਸ A ਵਿੱਚ ਅਤੇ 30 ਵਿਦਿਆਰਥੀ ਕਲਾਸ B ਵਿੱਚ ਜੁੜਨ ਨਾਲ ਕਲਾਸ ਦੇ ਵਿਦਿਆਰਥੀਆਂ ਵਿਦਿਆਰਥੀਆਂ ਦੀ ਗਿਣਤੀ 140 ਹੋ ਜਾਂਦੀ ਹੈ ਕਲਾਸ A ਵਿੱਚ ਵਿਦਿਆਰਥੀਆਂ ਦੀ ਗਿਣਤੀ ਸ਼ੁਰੂ ਵਿੱਚ ਕਿੰਨੀ ਸੀ 30 60 18 ਜਾਂ 160 ਜੇਕਰ ਤੁਹਾਨੂੰ ਇਸ ਪ੍ਰਸ਼ਨ ਦਾ ਹੱਲ ਕਰਨ ਲਈ ਜ਼ਿਆਦਾ ਸਮਾਂ ਚਾਹੀਦਾ ਹੈ ਤਾਂ ਤੁਸੀਂ ਵੀ ਵੀਡੀਓ ਨੂੰ ਪਾਜ਼ ਵੀ ਕਰ ਸਕਦੇ ਹੋ ਸੋ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਸੰਸਾਰ ਦੀ ਵਸੋਂ ਦਾ ਅੱਧੇ ਤੋਂ ਵੱਧ ਹਿੱਸਾ ਕਿਹੜੇ ਮਹਾਦੀਪ ਵਿੱਚ ਰਹਿੰਦਾ ਹੈ ਏਸ਼ੀਆ ਅਮਰੀਕਾ ਅਫਰੀਕਾ ਜਾਂ ਆਸਟ੍ਰੇਲੀਆ ਸੰਸਾਰ ਦੀ ਵਸੁੰਧਾ ਦਾ 대ਤੋਂ ਵੱਧ ਹਿੱਸਾ ਕਿਹੜੇ ਮਹਾਦੀਪ ਵਿੱਚ ਰਹਿੰਦਾ ਹੈ ਅਗਲਾ ਪ੍ਰਸ਼ਨ ਹੇਠ ਦਿੱਤੀ ਤਸਵੀਰ ਦਾ ਵਿਸ਼ਲੇਸ਼ਣ ਕਰਕੇ ਦੱਸੋ ਕਿ ਇੱਕ ਸਕੂਲ ਵਿੱਚ ਵਿਦਿਆਰਥੀਆਂ ਦਾ ਭੌਤਿਕ ਵਿਗਿਆਨ ਰਸਾਇਣ ਵਿਗਿਆਨ ਅੰਗਰੇਜ਼ੀ ਵਿਸ਼ੇ ਦੇ ਵਿੱਚੋਂ ਕਿੰਨੇ ਵਿਦਿਆਰਥੀ ਤਿੰਨੇ ਵਿਸ਼ਿਆਂ ਵਿੱਚੋਂ ਪਾਸ ਹੋਏ 25 38 32 ਜਾਂ 10 ਹੀਟ ਦਿੱਤੀ ਤਸਵੀਰ ਦਾ ਵਿਸ਼ਲੇਸ਼ਣ ਕਰਕੇ ਦੱਸੋ ਕਿ ਇੱਕ ਸਕੂਲ ਵਿੱਚ ਵਿਦਿਆਰਥੀਆਂ ਦਾ ਭੌਤਿਕ ਵਿਗਿਆਨ ਰਸਾਇਣਿਕ ਵਿਗਿਆਨ ਅੰਗਰੇਜ਼ੀ ਵਿਸ਼ੇ ਦੇ ਪੇਪਰ ਵਿੱਚੋਂ ਕਿੰਨੇ ਵਿਦਿਆਰਥੀ ਤਿੰਨੇ ਵਿਸ਼ੇ ਵਿੱਚੋਂ ਪਾਸ ਹੋਏ 25 38 32 ਜਾਂ 10 ਅਗਲਾ ਪ੍ਰਸ਼ਨ ਹੀਟ ਲਿਖਿਆਂ ਵਿੱਚੋਂ ਕਿਸ ਸੌਫਟਵੇਅਰ ਦੀ ਵਰਤੋਂ ਗਣਿਤਿਕ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ MS Word MS Excel MS PowerPoint ਜਾਂ MS Access ਹਾਕੀ ਵਿੱਚ ਪੈਨਲਟੀ ਸਟ੍ਰੋਕ ਕਿੰਨੀ ਦੂਰੀ ਤੋਂ ਮਾਰਿਆ ਜਾਂਦਾ ਹੈ 7 ਗਜ 10 ਗਜ 12 ਗਜ ਜਾਂ 11 ਗਜ ਜਨਮ ਲੈਣ ਸਮੇਂ ਬੱਚੇ ਦੇ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ 206 208 270 ਜਾਂ 300 ਸੋ ਜਨਮ ਲੈਣ ਸਮੇਂ ਬੱਚੇ ਦੇ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਅਗਲਾ ਪ੍ਰਸ਼ਨ ਸਾਡੇ ਆਲੇ-ਦੁਆਲੇ ਮੌਜੂਦ ਹਵਾ ਵਿੱਚ ਕਿੰਨੇ ਪ੍ਰਤੀਸ਼ਤ ਭਾਗ ਆਕਸੀਜਨ ਗੈਸ ਹੁੰਦੀ ਹੈ 21% 78% 60% ਜਾਂ 35% ਅਗਲਾ ਪ੍ਰਸ਼ਨ ਫਾਈਂਡ ਦਾ ਨੰਬਰ ਆਫ ਰੈਕਟੈਂਗਲਸ ਇਨ ਦਾ ਗਿਵਨ ਫਿਗਰ 19 28 27 36 ਅਗਲਾ ਪ੍ਰਸ਼ਨ ਚਾਰ ਵਿਦਿਆਰਥੀਆਂ ਦਾ ਔਸਤ ਭਾਰ 65 ਕਿਲੋਗ੍ਰam ਹੈ ਇਨਾ ਵਿੱਚੋਂ ਤਿੰਨ ਵਿਦਿਆਰਥੀਆਂ ਦਾ ਕ੍ਰਮਵਾਰ ਭਾਰ 60 ਕਿਲੋਗ੍ਰam 65 ਕਿਲੋਗ੍ਰam ਅਤੇ 70 ਕਿਲੋਗ੍ਰam ਹੈ ਤਾਂ ਚੌਥੇ ਵਿਦਿਆਰਥੀ ਦਾ ਭਾਰ ਕੀ ਹੋਵੇਗਾ 60 ਕਿਲੋਗ੍ਰam 65 ਕਿਲੋਗ੍ਰam 70 ਕਿਲੋਗ੍ਰam ਜਾਂ 75 ਕਿਲੋਗ੍ਰam ਅਗਲਾ ਅਗਲਾ ਪ੍ਰਸ਼ਨ ਬਲਣ ਲਈ ਕਿਹੜੀ ਗੈਸ ਲੋੜੀਂਦੀ ਹੈ ਆਕਸੀਜਨ ਕਾਰਬਨ ਡਾਈਆਕਸਾਈਡ ਨਾਈਟ੍ਰੋਜਨ ਜਾਂ ਆਰਗਨ ਅਗਲਾ ਪ੍ਰਸ਼ਨ ਸੰਸਾਰ ਵਿੱਚ ਸਭ ਤੋਂ ਲੰਬਾ ਦਰਿਆ ਕਿਹੜਾ ਹੈ ਗੰਗਾ ਨੀਲ ਐਮਾਜ਼ਨ ਜਾਂ ਬ੍ਰਹਮਪੁੱਤਰ ਸੰਸਾਰ ਵਿੱਚ ਸਭ ਤੋਂ ਲੰਬਾ ਦਰਿਆ ਕਿਹੜਾ ਹੈ ਅਗਲਾ ਪ੍ਰਸ਼ਨ ਕਿਸ ਨੂੰ ਲੋਕ ਨਾਇਕ ਵਜੋਂ ਜਾਣਿਆ ਜਾਂਦਾ ਹੈ ਮਹਾਤਮਾ ਗਾਂਧੀ ਸੁਭਾਸ਼ ਚੰਦਰ ਬੋਸ ਜੈ ਪ੍ਰਕਾਸ਼ ਨਰਾਇਣ ਬਾਲ ਗੰਗਾਧਰ ਤਿਲਕ ਕਿਸ ਨੂੰ ਲੋਕ ਨਾਇਕ ਵਜੋਂ ਜਾਣਿਆ ਜਾਂਦਾ ਹੈ ਅਗਲਾ ਪ੍ਰਸ਼ਨ ਆਇਓਡੀਨ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ ਅਨੀਮੀਆ ਰਿਕਟਰਸ ਗਿਲੜ ਜਾਂ 베ਰੀ베리 ਆਇਓਡੀਨ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ ਅਗਲਾ ਪ੍ਰਸ਼ਨ ਭਾਰਤ ਦਾ ਸਭ ਤੋਂ ਉੱਚਾ ਦਰਵਾਜ਼ਾ ਕਿਹੜਾ ਹੈ ਬੁਲੰਦ ਦਰਵਾਜ਼ਾ ਦਿੱਲੀ ਦਰਵਾਜ਼ਾ ਆਲਮਗੀਰ ਦਰਵਾਜ਼ਾ ਜਾਂ ਲਾਲ ਦਰਵਾਜ਼ਾ ਭਾਰਤ ਦਾ ਸਭ ਤੋਂ ਉੱਚਾ ਦਰਵਾਜ਼ਾ ਕਿਹੜਾ ਹੈ ਤਈਮਾ ਪ੍ਰਸ਼ਨ RAM ਸ਼ਾਮ ਅਤੇ ਗਿਆਨ ਦੀ ਉਮਰ ਦਾ ਜੋੜ 80 ਸਾਲ ਹੈ 3 ਸਾਲ ਬਾਅਦ ਦਿਨਾਂ ਦੀ ਉਮਰ ਦਾ ਕਿੰਨਾ ਜੋੜ ਹੋਵੇਗਾ 83 year, 71 89 অর 98 ਨੈਕਸਟ ਕੁਐਸਚਨ ਅਰੇਂਜ ਦਾ ਫੋਲੋਇੰਗ ਇਨ ਕਰੈਕਟ ਸੀਕੁਐਂਸ਼ੀਅਲ ਆਰਡਰ ਪੁਲਿਸ ਸਜ਼ਾ ਜ਼ੁਲਮ ਵੈਂਸਲਾ ਜਾਂ ਜੱਜ ਸੋ ਇਹਨਾਂ ਆਪਸ਼ਨਸ ਵਿੱਚ ਤੁਹਾਨੂੰ ਦੇਖਣਾ ਹੈ ਕਿ ਇਹਨੂੰ ਸਹੀ ਸੀਕੁਐਂਸ ਕਿਦਾਂ ਰੱਖਿਆ ਜਾ ਸਕਦਾ ਹੈ अगला प्रश्न थर्मामीटर थर्मामी वर्ती जाने धात का की ना है। ब्रोमीन, पारा जलियम थर्मामी वाली धात का नाम दसना है अगला प्रश्न दूर दृष्टि नुक्स किस तरह दूर किया जा सकता है अवतल लेंस न उत्तल लेंस न अवतल उत्तल लेंस न कोई नहीं अगला प्रश्न ਕਿਸ ਦੇਸ਼ ਰਾਹੀਂ ਮਈ 2020 ਵਿੱਚ ਟਿੱਡੀ ਦਲ ਭਾਰਤ ਵਿੱਚ ਦਾਖਲ ਹੋਇਆ ਬੰਗਲਾਦੇਸ਼ 네ਪਾਲ ਸ਼੍ਰੀਲੰਕਾ ਜਾਂ ਪਾਕਿਸਤਾਨ ਅਗਲਾ ਪ੍ਰਸ਼ਨ ਕੋਵਿਡ-19 ਮਹਾਮਾਰੀ ਕਾਰਨ ਟੋਕੀਓ 올림픽 ਖੇਡਾਂ ਕਿੰਨੇ ਸਮੇਂ ਲਈ ਰੱਦ ਕੀਤੀਆਂ ਗਈਆਂ 2 ਸਾਲ ਲਈ 3 ਸਾਲ ਲਈ 6 ਮਹੀਨੇ ਲਈ ਜਾਂ 1 ਸਾਲ ਲਈ ਅਗਲਾ ਪ੍ਰਸ਼ਨ ਗਗਨ ਨਾਰੰਗਾ ਤੇ ਅਬినਮ ਬਿੰਦਰਾ ਕਿਸ ਖੇਡ ਨਾਲ ਸੰਬੰਧ ਰੱਖਦੇ ਹਨ ਸ਼ੂਟਿੰਗ ਤੀਰਅੰਦਾਜ਼ੀ ਤੈਰਾਕੀ ਕ੍ਰਿਕਟ ਸਿੱਖਾਂ ਨੇ ਰਾਮਰੌਣੀ ਦਾ ਕਿਲਾ ਕਿੱਥੇ ਬਣਾਇਆ ਸੀ ਬਟਾਲਾ ਹੁਸ਼ਿਆਰਪੁਰ ਅੰਮ੍ਰਿਤਸਰ ਜਾਂ ਫਰੀਦਕੋਟ ਸਿੱਖਾਂ ਨੇ ਰਾਮਰੌਣੀ ਦਾ ਕਿਲਾ ਕਿੱਥੇ ਬਣਾਇਆ ਸੀ ਅਗਲਾ ਪ੍ਰਸ਼ਨ ਭਾਰਤ ਵਿੱਚ ਨਿਰਮਿਤ ਪਹਿਲਾ ਉਪਗ੍ਰਹਿ ਕਿਹੜਾ ਹੈ ਐਪਲ कनिष्का आर्यभट, या चंद्रयान अगला प्रश्न हेठ केड़ा जीव चमड़ी राही सह है। मच्छी, कॉकरेज, गंडोआ जप अगला प्रश्न टेरी हाइड्रो पावर कंपलैक्स किस राज स्थित है उत्तराखंड उत्तर प्रदेश हिमाचल प्रदेश सिक्किम। ਅਗਲਾ ਪ੍ਰਸ਼ਨ ਝੁਕਿਆ ਹੋਇਆ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ ਸੰਘਰਸ਼ ਦਾ ਰਾਸ਼ਟਰੀ ਸ਼ੋਕ ਦਾ ਸ਼ਾਂਤੀ ਦਾ ਜਾਂ ਖਤਰੇ ਦਾ ਝੁਕਿਆ ਹੋਇਆ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ ਅਗਲਾ ਪ੍ਰਸ਼ਨ ਦਿੱਤੇ ਗਏ ਸ਼ਬਦ ਦੇ ਅੱਖਰਾਂ ਤੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਹੀਂ ਬਣਾਇਆ ਜਾ ਸਕਦਾ ਬ੍ਰੇਨ ਬੋਨਸ ਨੋਬਲ ਜਾਂ ਅਰਸਨ ਸਭ ਤੋਂ ਘੱਟ ਸਥਿਤੀ ਜੂਰ ਜਾ ਤੁਹਾਡੇ ਸਰੀਰ ਉੱਤੇ ਕਦੋਂ ਲੱਗਦਾ ਹੈ ਤੁਹਾਡੇ ਖੜੇ ਹੋਣ ਸਮੇਂ ਧਰਤੀ ਤੇ ਬੈਠਣ ਸਮੇਂ ਕੁਰਸੀ ਤੇ ਬੈਠਣ ਸਮੇਂ ਜਾਂ ਧਰਤੀ ਤੇ ਲੇਟਣ ਸਮੇਂ ਅਗਲਾ ਪ੍ਰਸ਼ਨ ਸ਼੍ਰੀ ਭਗਤ ਸਿੰਘ ਨੇ ਕਿਸ ਤਰ੍ਹਾਂ ਲਾਲਾ ਲਾਜਪਤਰਾਏ ਦੀ ਮੌਤ ਦਾ ਬਦਲਾ ਲਿਆ ਅਸੈਂਬਲੀ ਵਿੱਚ ਬੰਬ ਸੁੱਟ ਕੇ ਡਾਕਾ ਮਾਰ ਕੇ ਸਾਂਡਰਸ ਨੂੰ ਮਾਰ ਕੇ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਅਗਲਾ ਪ੍ਰਸ਼ਨ ਭਾਰਤ ਦੇ ਮੌਜੂਦਾ ਰਾਸ਼ਟਰਪਤੀ ਕੌਣ ਹਨ ਸ਼੍ਰੀ ਪ੍ਰਨਮ ਮਖਰਜੀ ਸ਼੍ਰੀਮਤੀ ਪ੍ਰਤਿਭਾ ਦੇਵੀ ਪਾਟੇਲ ਸ਼੍ਰੀ ਰਾਮਨਾਥ ਕੋਵਿੰਦ ਸ਼੍ਰੀ ਕੇ ਆਰ ਨਰਾਇਣਨ ਅਗਲਾ ਪ੍ਰਸ਼ਨ ਪਾਣੀ ਕਿਹੜੇ ਦੋ ਤੱਤਾਂ ਤੋਂ ਮਿਲ ਕੇ ਬਣਦਾ ਹੈ ਹਾਈਡਰੋਜਨ ਅਤੇ ਆਕਸੀਜਨ ਹਾਈਡਰੋਜਨ ਅਤੇ ਨਾਈਟ੍ਰੋਜਨ ਆਕਸੀਜਨ ਅਤੇ ਨਾਈਟ੍ਰੋਜਨ ਕਾਰਬਨ ਡਾਈ ਆਕਸਾਈਡ ਅਤੇ ਨਾਈਟ੍ਰੋਜਨ ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜਵਾਹਰ ਸੁਰੰਗ ਕਿਸ ਰਾਜ ਵਿੱਚ ਹੈ ਹਿਮਾਚਲ ਪ੍ਰਦੇਸ਼ ਰਾਜਸਥਾਨ ਪੱਛਮੀ ਬੰਗਾਲ ਅਤੇ ਜੰਮੂ ਅਤੇ ਕਸ਼ਮੀਰ ਜਵਾਹਰ ਸੁਰੰਗ ਕਿਸ ਰਾਜ ਵਿੱਚ ਹੈ ਇਹ ਸੀ ਹੁਣ ਤੱਕ ਦੇ 40 ਪ੍ਰਸ਼ਨ ਅ ਸੌਰੀ 40 ਮੈਂ ਪ੍ਰਸ਼ਨ ਆਪਾਂ ਹੁਣ ਚੱਲਦੇ ਹਾਂ ਸਮਝੌਤਾ ਐਕਸਪ੍ਰੈਸ ਦਿੱਲੀ ਅਤੇ ਪਾਕਿਸਤਾਨ ਦੇ ਕਿਹੜੇ ਸ਼ਹਿਰ ਵਿਚਕਾਰ ਦੌੜਦੀ ਹੈ کراچی اسلام آباد فیصل آباد ਜਾਂ ਲਾਹੌਰ ਸੋ ਇਹ ਸੀ ਹੁਣ ਤੱਕ ਦੇ 40 ਪ੍ਰਸ਼ਨ ਤੇ ਹੁਣ ਅਸੀਂ ਚੱਲਦੇ ਆ ਇਹਨਾਂ ਦੇ ਹੱਲ ਵੱਲ ਸੋ ਉਮੀਦ ਹੈ ਤੁਸੀਂ ਇਹ 40 ਪ੍ਰਸ਼ਨਾਂ ਦੇ ਉੱਤਰ ਆਪਣੀ ਕਾਪੀਆਂ ਤੇ ਲਿਖੇ ਹੋਣਗੇ ਸੋ ਆਓ ਇਹਨਾਂ ਦੇ ਉੱਤਰ ਹੁਣ ਚੈੱਕ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਕਿੰਨੇ ਅੰਕ ਤੁਸੀਂ ਪ੍ਰਾਪਤ ਕੀਤੇ ਹਨ ਸੋ ਪਹਿਲਾ ਪ੍ਰਸ਼ਨ ਸੀਗਾ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਵਾਲਾ ਪਹਿਲਾ ਦੇਸ਼ ਕਿਹੜਾ ਸੀ ਸੋ ਇਸ ਦਾ ਉੱਤਰ ਹੈ ਪਾਰਤ ਸੇਖ ਕੌਮ ਦੇ ਕਿਸ ਮਹਾਨ ਜਰਨੈਲ ਦੇ ਨਾਮ ਨਾਲ ਆਲੋ ਵਾਲੀਆ ਸ਼ਬਦ ਲੱਗਦਾ ਹੈ ਇਸ ਦਾ ਉੱਤਰ ਹੈ ਜੱਸਾ ਸਿੰਘ ਅਗਲਾ ਪ੍ਰਸ਼ਨ ਮਨੁੱਖੀ ਸਰੀਰ ਦਾ ਸਭ ਤੋਂ ਸਖਤ ਭਾਗ ਕਿਹੜਾ ਹੈ ਉੱਤਰ ਹੈ ਦੰਦ ਦੀ ਪਾਰਤ ਸੋ ਦੰਦ ਦੀ ਪਾਰਤ ਮਨੁੱਖੀ ਸਰੀਰ ਦਾ ਸਭ ਤੋਂ ਸਖਤ ਭਾਗ ਹੁੰਦਾ ਹੈ ਅਗਲਾ ਪ੍ਰਸ਼ਨ ਕੀੜੀ ਦੇ ਢੰਗ ਵਿੱਚ ਕਿਹੜਾ ਤਜਾਬ ਹੁੰਦਾ ਹੈ ਸੋ ਇਸ ਦਾ ਉੱਤਰ ਹੈ ਫਾਰਮਿਕ ਐਸਿਡ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਐਂਟੀਵਾਇਰਸ ਦੀ ਉਦਾਹਰਣ ਨਹੀਂ ਹੈ ਇਸ ਦਾ ਉੱਤਰ ਹੈ ਮੋਜ਼ੀਲਾ ਮੋਜ਼ੀਲਾ ਐਂਟੀਵਾਇਰਸ ਨਹੀਂ ਹੈ ਅਗਲਾ ਪ੍ਰਸ਼ਨ ਕਿੰਨੇ ਸਾਲ ਦੀ ਉਮਰ ਤੋਂ ਬਾਅਦ ਭਾਰਤੀ ਨਾਗਰਿਕ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ ਉੱਤਰ ਹੈ 18 ਸਾਲ ਅਗਲਾ ਪ੍ਰਸ਼ਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣ ਵਾਲਾ ਪਹਿਲਾ ਭਾਰਤੀ ਖਿਡਾਰੀ ਕੌਣ ਹੈ ਇਸ ਦਾ ਉੱਤਰ ਹੈ ਸਚਿਨ ਤੈਂਦੁਲਕਰ ਅਗਲਾ ਪ੍ਰਸ਼ਨ ਕਲਾਸ A ਦੇ ਵਿਦਿਆਰਥੀਆਂ ਦੀ ਗਿਣਤੀ ਕਲਾਸ B ਨਾਲ ਦੁੱਗਣੀ ਹੈ B ਵਿਦਿਆਰਥੀ ਕਲਾਸ A ਵਿੱਚ ਅਤੇ 30 ਵਿਦਿਆਰਥੀ ਕਲਾਸ B ਵਿੱਚ ਜੁੜਨ ਨਾਲ ਕਲਾਸ ਦੇ ਵਿਦਿਆਰਥੀਆਂ ਦੀ ਗਿਣਤੀ 140 ਹੋ ਜਾਂਦੀ ਹੈ ਕਲਾਸ A ਵਿੱਚ ਵਿਦਿਆਰਥੀਆਂ ਦੀ ਗਿਣਤੀ ਸ਼ੁਰੂ ਵਿੱਚ ਕਿੰਨੀ ਸੀ ਸੋ ਇਸ ਦਾ ਉੱਤਰ ਹੈ 60 ਅਗਲਾ ਪ੍ਰਸ਼ਨ ਸੰਸਾਰ ਦੀ ਵਸੁੰਧਾ ਦਾ ਅੱਧੇ ਤੋਂ ਵੱਧ ਹਿੱਸਾ ਕਿਹੜੇ ਮਹਾਦੀਪ ਵਿੱਚ ਰਹਿੰਦਾ ਹੈ ਇਸ ਦਾ ਉੱਤਰ ਹੈ ਏਸ਼ੀਆ ਅਗਲਾ ਪ੍ਰਸ਼ਨ ਹੇਠ ਦਿੱਤੀ ਤਸਵੀਰ ਦਾ ਵਿਸ਼ਲੇਸ਼ਣ ਕਰਕੇ ਦੱਸੋ ਕਿ ਸਕੂਲ ਵਿੱਚ ਵਿਦਿਆਰਥੀਆਂ ਦਾ ਪੌਤੇ ਵਿਗਿਆਨ ਰਸਾਇਣ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦੇ ਪੇਪਰ ਵਿੱਚ ਕਿੰਨੇ ਵਿਦਿਆਰਥੀ ਤਿੰਨੇ ਵਿਸ਼ਿਆਂ ਵਿੱਚੋਂ ਪਾਸ ਹੋਏ ਸੋ ਇਸ ਦਾ ਉੱਤਰ ਹੈ 10 ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਸੌਫਟਵੇਅਰ ਦੀ ਵਰਤੋਂ ਗਣਿਤਿਕ ਗਣਨਾਵਾਂ ਕਰਨ ਲਈ ਕਿੱਤੀ ਜਾਣਦੀ ਹੈ ਇਸ ਦਾ ਉੱਤਰ ਹੈ MS Excel ਅਗਲਾ ਪ੍ਰਸ਼ਨ ਹਾਕੀ ਵਿੱਚ ਪੈਨਲਟੀ ਸਟ੍ਰੋਕ ਕਿੰਨੀ ਦੂਰੀ ਤੋਂ ਮਾਰਿਆ ਜਾਂਦਾ ਹੈ ਇਸ ਦਾ ਉੱਤਰ ਹੈ 7 ਗਜ ਜਨਮ ਲਿਆਂ ਸਮੇਂ ਬੱਚੇ ਦੇ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਇਸ ਦਾ ਉੱਤਰ ਹੈ 300 ਸੋ ਜਨਮ ਸਮੇਂ ਬੱਚੇ ਵਿੱਚ 300 ਹੱਡੀਆਂ ਹੁੰਦੀਆਂ ਹਨ ਸਾਡੇ ਆਲੇ-ਦੁਆਲੇ ਮੌਜੂਦ ਹਵਾ ਵਿੱਚ ਕਿੰਨੇ ਪ੍ਰਤੀਸ਼ਤ ਭਾਗ ਆਕਸੀਜਨ ਗੈਸ ਹੁੰਦੀ ਹੈ ਇਸ ਦਾ ਉੱਤਰ ਹੈ 21% ਅਗਲਾ ਪ੍ਰਸ਼ਨ ਫਾਈਂਡ ਦਾ ਨੰਬਰ ਆਫ ਰੈਕਟੈਂਗਲਸ ਇਨ ਦਾ 기ਵਨ ਫਿਗਰ ਸੋ ਇਸ ਵਿੱਚ ਰੈਕਟੈਂਗਲਾਂ ਦੀ ਸੰਖਿਆ ਹੈ 36 ਚਾਰ ਵਿਦਿਆਰਥੀਆਂ ਦਾ ਔਸਤ ਭਾਰ 65 ਕਿਲੋਗ੍ਰam ਹੈ ਇਹਨਾਂ ਵਿੱਚੋਂ ਤਿੰਨ ਵਿਦਿਆਰਥੀਆਂ ਦਾ ਕਰਮਵਾਰ ਭਾਰ 60 ਕਿਲੋਗ੍ਰam 65 ਕਿਲੋਗ੍ਰam ਅਤੇ 70 ਕਿਲੋਗ੍ਰam ਹੈ ਤਾਂ ਚੌਥੇ ਵਿਦਿਆਰਥੀਆਂ ਦਾ ਭਾਰ ਕੀ ਹੋਵੇਗਾ ਸੋ ਇਸ ਦਾ ਉੱਤਰ ਹੈ 65 ਕਿਲੋਗ੍ਰam ਅਗਲਾ ਪ੍ਰਸ਼ਨ ਬਲਣ ਲਈ ਕਿਹੜੀ ਗੈਸ ਲੋੜੀਂਦੀ ਹੈ ਉੱਤਰ ਹੈ ਆਕਸੀਜਨ ਸੰਸਾਰ ਵਿੱਚ ਸਭ ਤੋਂ ਲੰਬਾ ਦਰਿਆ ਕਿਹੜਾ ਹੈ ਇਸ ਦਾ ਉੱਤਰ ਹੈ ਨੀਲ ਦਰਿਆ ਸੰਸਾਰ ਦਾ ਸਭ ਤੋਂ ਲੰਬਾ ਦਰਿਆ ਹੈ। ਅਗਲਾ ਪ੍ਰਸ਼ਨ ਕਿਸ ਨੂੰ ਲੋਕ ਨਾਇਕ ਵਜੋਂ ਜਾਣਿਆ ਜਾਂਦਾ ਹੈ? ਇਸ ਦਾ ਉੱਤਰ ਹੈ ਜੈ ਪ੍ਰਕਾਸ਼ ਨਰਾਇਣ। ਆਇਓਡੀਨ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ? ਇਸ ਦਾ ਉੱਤਰ ਹੈ ਗਿੱਲੜ ਰੋਗ। ਭਾਰਤ ਦਾ ਸਭ ਤੋਂ ਉੱਚਾ ਦਰਵਾਜਾ ਕਿਹੜਾ ਹੈ? ਇਸ ਦਾ ਉੱਤਰ ਹੈ ਬੁਲੰਦ ਦਰਵਾਜਾ ਅਗਲਾ ਪ੍ਰਸ਼ਨ RAM ਸ਼ਾਮ ਅਤੇ ਗਿਆਨ ਦੀ ਉਮਰ ਦਾ ਜੋੜ 80 ਸਾਲ ਹੈ 3 ਸਾਲ ਬਾਅਦ ਇਹਨਾਂ ਦੀ ਉਮਰ ਦਾ ਕਿੰਨਾ ਜੋੜ ਹੋਵੇਗਾ ਉੱਤਰ ਹੈ 89 ਇਅਰ ਅਰੇਂਜ ਦਾ ਫੋਲੋਇੰਗ ਇਨ கரੈਕਟ ਸੀਕੁਐਂਸ਼ੀਅਲ ਆਰਡਰ ਸੋ ਸਸਾਪਾ ਅਗਸਤ ਸਹੀ ਸੀਕੁਐਂਸ ਹੈ ਥਰਮੋਮੀਟਰ ਵਿੱਚ ਵਾਪਤੀ ਜਾਣ ਵਾਲੀ ਧਾਤ ਦਾ ਕੀ ਨਾਮ ਹੈ ਇਸਦਾ ਉੱਤਰ ਹੈ ਪਾਰਾ ਯਾਨੀ ਕਿ ਮਰਕਰੀ ਅਗਲਾ ਪ੍ਰਸ਼ਨ ਦੂਰ ਦ੍ਰਿਸ਼ਟੀ ਨੁਕਸ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ਉੱਤਰ ਹੈ ਉਤਨ ਲੈਂਸ ਨਾਲ ਯਾਨੀ ਕਿ ਕਨਵੈਕਸ ਲੈਂਸ ਨਾਲ ਕਿਸੇ ਦੇਸ਼ ਰਾਹੀਂ 2020 ਵਿੱਚ ਟਿੱਡੀਦਲ ਭਾਰਤ ਵਿੱਚ ਦਾਖਲ ਹੋਇਆ ਇਸ ਦਾ ਉੱਤਰ ਹੈ ਪਾਕਿਸਤਾਨ ਰਾਹੀਂ अगला प्रश्न कोविड नाइनटीन महामारी कारण टोक्यो ओलंपिक खेड किन्ने समय ले रद्द गई हैं। उत्तर है एक साल अगला प्रश्न गगन नारंग अभिनव ना बिंद्रा किस खेड नाम संबंध रखते हैं इसका उत्तर है शूटिंग सो इतने ऑप्शन गलत टिक हो गई है सो इस माफ़ी चाहेंगे उत्तर है इसका शूटिंग ਸਿੱਖਾਂ ਨੇ ਰਾਮ ਰੌਣੀ ਦਾ ਕਿਲਾ ਕਿੱਥੇ ਬਣਾਇਆ ਸੀ ਉੱਤਰ ਹੈ ਅੰਮ੍ਰਿਤਸਰ ਵਿੱਚ ਭਾਰਤ ਵਿੱਚ ਨਿਰਮਿਤ ਪਹਿਲਾ ਉਪਕਰ ਹੈ ਕਿਹੜਾ ਹੈ ਉੱਤਰ ਹੈ ਆਰੀਆਪਟ ਅਗਲਾ ਪ੍ਰਸ਼ਨ ਹੀਟ ਲਿਖਿਆ ਵਿੱਚੋਂ ਕਿਹੜਾ ਜੀਵ ਚਮੜੀ ਰਾਹੀਂ ਸਾਹ ਲੈਂਦਾ ਹੈ ਇਸਦਾ ਉੱਤਰ ਹੈ ਗੰਡੋਵਾ ਅਗਲਾ ਪ੍ਰਸ਼ਨ ਟੇਰੀ ਹਾਈਡਰੋ ਪਾਵਰ ਕੰਪਲੈਕਸ ਕਿਸ ਰਾਜ ਵਿੱਚ ਸਥਿਤ ਹੈ ਇਸ ਦਾ ਉੱਤਰ ਹੈ ਉੱਤਰਾਖੰਡ ਵਿੱਚ ਸਥਿਤ ਹੈ। ਅਗਲਾ ਪ੍ਰਸ਼ਨ ਝੁਕਿਆ ਹੋਇਆ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ? ਉੱਤਰ ਹੈ ਰਾਸ਼ਟਰੀ ਸ਼ੋਕ ਦਾ। ਅਗਲਾ ਪ੍ਰਸ਼ਨ ਦਿੱਤੇ ਗਏ ਸ਼ਬਦ ਦੇ ਅੱਖਰਾਂ ਤੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਹੀਂ ਬਣਾਇਆ ਜਾ ਸਕਦਾ? ਇਸ ਦਾ ਉੱਤਰ ਹੈ ਬ੍ਰੇਨ। ਅਗਲਾ ਪ੍ਰਸ਼ਨ ਸਭ ਤੋਂ ਘੱਟ ਸਥਿਤੀ ਜੁਰਜਾ ਤੁਹਾਡੇ ਸਰੀਰ ਉੱਤੇ ਕਦੋਂ ਲੱਗਦਾ ਹੈ ਇਸ ਦਾ ਉੱਤਰ ਹੈ ਧਰਤੀ ਤੇ ਲੇਟਣ ਸਮੇਂ ਅਗਲਾ ਪ੍ਰਸ਼ਨ ਸ਼੍ਰੀ ਭਗਤ ਸਿੰਘ ਨੇ ਕਿਸ ਤਰ੍ਹਾਂ ਨਾਲ ਲਾਲਾ ਲਾਜਪਤਾ ਪਤਰਾਈ ਦੀ ਮੌਤਾ ਬਦਰਾ ਲਿਆ ਸੋ ਇਸ ਦਾ ਉੱਤਰ ਹੈ ਸਾਂਡਰਸ ਨੂੰ ਮਾਰ ਕੇ ਭਾਰਤ ਦੇ ਮੌਜੂਦਾ ਰਾਸ਼ਟਰਪਤੀ ਕੌਣ ਹਨ ਇਸ ਦਾ ਉੱਤਰ ਹੈ ਸ਼੍ਰੀ ਰਾਮਨਾਥ ਗੋਵਿੰਦ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪਾਣੀ ਕਿਹੜੇ ਦੋ ਤੱਤਾਂ ਤੋਂ ਮਿਲ ਕੇ ਬਣਦਾ ਹੈ ਇਸ ਦਾ ਉੱਤਰ ਹੈ ਹਾਈਡਰੋਜਨ ਅਤੇ ਆਕਸੀਜਨ ਅਗਲਾ ਪ੍ਰਸ਼ਨ ਜਵਾਹਰ ਸਰੰਗ ਕਿਸ ਰਾਜ ਵਿੱਚ ਹੈ ਇਸ ਦਾ ਉੱਤਰ ਹੈ ਜੰਮੂ ਅਤੇ ਕਸ਼ਮੀਰ ਅਗਲਾ ਪ੍ਰਸ਼ਨ ਸਮਝੌਤਾ ਐਕਸਪ੍ਰੈਸ ਦਿੱਲੀ ਅਤੇ ਪਾਕਿਸਤਾਨ ਦੇ ਕਿਹੜੇ ਸ਼ਹਿਰਾਂ ਵਿਚਕਾਰ ਦੌੜਦੀ ਹੈ? ਸੋ ਇਸ ਦਾ ਉੱਤਰ ਹੈ ਲਾਹੌਰ ਦਿੱਲੀ ਅਤੇ ਲਾਹੌਰ ਵਿਚਕਾਰ ਸਮਝੌਤਾ ਐਕਸਪ੍ਰੈਸ ਚਲਦੀ ਹੈ। ਸੋ ਇਹ ਸੀ ਅੱਜ ਦੇ 40 ਪ੍ਰਸ਼ਨ ਤੇ ਉਹਨਾਂ ਦੇ ਉੱਤਰ ਉਮੀਦ ਹੈ ਤੁਸੀਂ ਆਪਣੇ ਉੱਤਰ ਜ਼ਰੂਰ ਚੈੱਕ ਕਰ ਲਏ ਹੋਣਗੇ। ਸੋ ਜਿੰਨੇ ਵੀ ਤੁਸੀਂ ਅੰਕ ਪ੍ਰਾਪਤ ਕੀਤੇ ਹਨ ਉਹ ਅੰਕ ਸਾਨੂੰ ਕਮੈਂਟ ਬਾਕਸ ਵਿੱਚ ਆ ਕੇ ਜ਼ਰੂਰ ਦੱਸੋ ਕਿ ਤੁਸੀਂ 40 ਵਿੱਚੋਂ ਕਿੰਨੇ ਅੰਕ ਪ੍ਰਾਪਤ ਕੀਤੇ ਹਨ। ਸੋ ਪਿਆਰੇ ਵਿਦਿਆਰਥੀਓ ਇਹੋ ਜੀਆਂ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਰਹੇਗੀ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਥੈਂਕਸ